ਮਰਦਾਬਾਦ ਮੁਰਦਾਬਾਦ ਮੁਰਦਾਬਾਦ ਉੱਚੇ ਨਾਰਿਆਂ ਵਾਲੀ ਸਰਕਾਰ ਮੁਰਦਾਬਾਦ 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 ਲੰਬਰਦਾਰ ਯੂਨੀਅਨ ਜਿੰਦਾਬਾਦ 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 ਲੰਬਰਦਾਰ ਯੂਨੀਅਨ ਜਿੰਦਾਬਾਦ 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 ਸਾਰੇ ਇਕੱਠੇ ਇੱਕ ਵਾਰ ਹੈਗਾ ਜੀ ਮਿਲਣ ਦੇ ਵਿੱਚ ਪਾਏ ਸੀ ਉਹ ਨਾਲ ਪੇਪਰ ਲੱਗਾ ਉਹੀ ਅਸੀਂ ਮਤਲਬ ਪੂਰਾ ਕਰਾਉਣਾ ਚਾਹੁੰਦੇ ਹਾਂ ਮੁੱਖ ਮੰਗ ਸਾਡੀ ਜੀ ਇੱਕ ਜੱਦੀ ਪੁਸ਼ਤੀ ਪਾਈ ਸੀਗੀ ਉਹਨਾਂ ਨੇ ਵੀ ਜੱਦੀ ਪੁਸ਼ਤੀ ਕੀਤੀ ਜਾਊਗੀ ਦੂਜੀ ਜਿਹੜੀ ਸਾਡਾ ਮਾਣ ਭੱਤਾ ਸਾਨੂੰ ਮਿਲਦਾ ਉਹ ਦੁੱਗਣਾ ਕੀਤਾ ਜੀ ਇਹੀ ਅਸੀਂ ਕਹਿੰਦੇ ਵੀ ਜੋ ਕੀਤੀਆਂ ਸਾਡੇ ਨਾਲ ਵਾਅਦੇ ਉਹੀ ਅੱਜ ਦੀ ਤਰੀਕ ਸਾਡੇ ਪੂਰੇ ਕੀਤੇ ਜਾਣ ਉਸ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਦੇ ਨਾਲ ਸਾਡੀ ਇੱਕ ਦੋ ਵਾਰੀ ਮੀਟਿੰਗ ਹੋਈ ਵੀ ਆ ਅਤੇ ਮੰਤਰੀਆਂ ਸਾਹਿਬ ਸਾਨੂੰ ਜਿੱਦਾਂ ਲਾਰੇ ਜ਼ਿਆਦਾ ਲੱਗੇ ਆ ਸਾਡੇ 3 ਸਾਲ ਹੋ ਗਿਆ ਸਰਕਾਰ ਚੱਲਦੀ ਨੂੰ ਅਤੇ ਇਹ ਜਿਹੜਾ ਸਾਡਾ ਵਾਅਦਾ ਨੰਬਰਦਾਰ ਇਹ ਸਾਰਾ ਕੀਤਾ ਵਾਅਦਾ ਜਿਹੜਾ ਨਾਲ ਲੱਗਾ ਹੈ ਉਹਦਾ ਪੇਪਰ ਲੱਗਾ ਤੁਹਾਡੇ ਵੈਸੇ ਚਲੋ ਸਰਕਾਰ 'ਤੇ ਅਸੀਂ ਨੁਮਾਇੰਦੇ ਵੀ ਹਾਂ ਸਾਡੀ ਜੀ ਪੰਚਾਂ ਸਰਪੰਚਾਂ ਨੂੰ ਪਹਿਲ ਦੇ ਕੇ ਸਾਡਾ ਵਿੱਚੋਂ ਕੱਢਿਆ ਜਾ ਬਿਜਲੀ ਮਹਿਕਮੇ ਚ ਸਰ ਇਹ ਹੁੰਦਾ ਉਹ ਤੁਸੀਂ ਉਹ ਕਹਿੰਦੇ ਸਰਪੰਚ ਨੂੰ ਲਿਆ ਸਰਪੰਚ ਤਾਂ ਪੰਚਾਇਤਾਂ ਖਤਮ ਕੀਤੀਆਂ ਜੀ ਨਹੀਂ ਠੀਕ ਹੈ ਜੀ ਬਾਅਦ ਵਿੱਚ ਜਿਹੜੇ ਅਸੀਂ ਨਾਲ ਤੁਹਾਨੂੰ ਐਂਡ ਤੇ ਅੱਜ ਨਹੀਂ ਕੀਤੇ ਵੈਸੇ ਅੱਜ ਤਾਂ ਸਾਡੀ ਸਿਰ ਪੰਜਾਬ ਸਰਕਾਰ ਵੱਖਰੀ ਬੰਦੇ ਇਹ ਲੋ ਸਰ ਮੈਂ ਕਹਿਣੀ ਸੀ ਵੀ ਉੱਥੇ ਨੰਬਰਦਾਰ ਦਾ ਵਿੱਚੋਂ ਜ਼ਿਕਰ ਹੀ ਘਟਦਾ ਐਮਸੀ ਰਹਿ ਗਿਆ ਸਰਪੰਚ ਰਹਿ ਗਿਆ ਪੰਚ ਰਹਿ ਗਿਆ ਸਾਡਾ ਵਿੱਚੋਂ ਨਾਂ ਹੀ ਘਟਦਾ ਉਹਦੇ ਵਿੱਚੋਂ ਸੇਵਾ ਸੈਂਟਰਾਂ ਦੇ ਵੀ ਤੇ ਸਭ ਕਹੇ ਸਰ ਬੇਨਤੀ ਇਹ ਹੁੰਦੀ ਵੀ ਚਲੋ ਹੁਣ ਪੰਚਾਇਤਾਂ ਭੰਗ ਹੋਈਆਂ ਆ ਬਹੁਤ ਥਾਈ ਨਾ ਤੁਸੀਂ ਤਹਿਸੀਲਦਾਰ ਸਾਹਿਬ ਨੂੰ ਕਹਿ ਸਕਦੇ ਹਾਂ ਕਿ ਜਿਹੜੇ ਪੰਚ ਸਰਪੰਚ ਆ ਨਾ ਵੈਸੇ ਉਹ ਤਸਦੀਕ ਉਹਨਾਂ ਦੀ ਘੱਟ ਹੋਈ ਆ ਉਹਨਾਂ ਕੋਲ ਭੰਗ ਹੋਈਆਂ ਪਰ ਉਹ ਕੀ ਕਰਦੇ ਆ ਕਿ ਕਈ ਵਾਰੀ ਕੰਮ ਗਲਤ ਹੋਣ ਦੇ ਚਾਂਸ ਹੁੰਦੇ ਆ ਉਹਨਾਂ ਨੂੰ ਲੋਕ ਲਿਆ ਕੇ ਸਾਡੇ ਲੰਬੜਦਾਰ ਜਿਹੜੇ ਆ ਕਈ ਵਾਰੀ ਗਲਤ ਕੰਮ ਨਹੀਂ ਕਰਦੇ ਕਿਸੇ ਨੂੰ ਅਸੀਂ ਦੇਖ ਕੇ ਪੱਕ ਕੇ ਕਿਉਂਕਿ ਸਾਰੇ ਪੁਰਾਣੇ ਮੈਂ ਪ੍ਰਧਾਨ ਹਰਕਮਲ ਸਿੰਘ ਪੰਜਾਬ ਲੰਬੜਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਅੱਜ ਅਸੀਂ ਪੰਜਾਬ ਲੰਬੜਦਾਰ ਯੂਨੀਅਨ ਸਾਡੀ ਪੰਜਾਬ ਬਾਡੀ ਨੇ ਫੈਸਲਾ ਕੀਤਾ ਕਿ ਜਿਹੜੇ ਵਾਅਦੇ ਸਰਕਾਰ ਨੇ ਸਾਡੇ ਨਾਲ ਕੀਤੇ ਸੀ ਉਹਨਾਂ ਨੂੰ ਪੂਰਾ ਕਰਾਉਣ ਲਈ ਸਾਰੇ ਪੰਜਾਬ ਦੇ ਡੀਸੀ ਸਹਿਬਾਨ ਨੂੰ ਮੰਗ ਪੱਤਰ ਦਿੱਤੇ ਜਾਣ ਤਾਂ ਕਿ ਸਰਕਾਰ ਜਿਹੜੀ ਆ ਸਾਡੇ ਨਾਲ ਜਿਹੜਾ ਕੀਤਾ ਵਾਅਦਾ ਚੋਣਾਂ ਵੇਲੇ ਇਹਨਾਂ ਨੇ ਜਿਹੜਾ ਸਾਡਾ ਮੁੱਖ ਮੰਗ ਸੀਗੀ ਕਿ ਲੰਬੜਦਾਰੀ ਜਿਹੜੀ ਆ ਉਹ ਜੱਦੀ ਪੁਸ਼ਤੀ ਕੀਤੀ ਜਾਊਗੀ ਅਤੇ ਜਿਹੜਾ ਮਾਣ ਪੱਤਾ ਆ ਉਹ ਦੁੱਗਣਾ ਕੀਤਾ ਜਾਊਗਾ ਉਹਨੂੰ ਪੂਰਾ ਕਰਾਉਣ ਲਈ ਅੱਜ ਸਾਡੇ ਜਿਹੜੇ ਜ਼ਿਲ੍ਹੇ ਜਲੰਧਰ ਦੇ ਸ਼ਹਿਰੀ ਦੇ ਪ੍ਰਧਾਨ ਸਰਦਾਰ ਗੁਰਦੇਵ ਲਾਲ ਜੀ ਅਤੇ ਸਰਦਾਰ ਜਿਹੜਾ ਮੈਂ ਹਰਕਮਲ ਸਿੰਘ ਮੁੱਧ ਜ਼ਿਲ੍ਹਾ ਪ੍ਰਧਾਨ ਦਿਹਾਤੀ ਅਤੇ ਵੱਖ ਵੱਖ ਤਹਿਸੀਲਾਂ ਦੇ ਪ੍ਰਧਾਨਾਂ ਨੇ ਅਤੇ ਬਹੁਤ ਵੱਡੀ ਦੇ ਗਿਣਤੀ ਦੇ ਵਿੱਚ ਲੰਬੜਦਾਰਾਂ ਨੇ ਅੱਜ ਜਿਹੜਾ ਸਾ ਉਹ ਜਿਹੜਾ
ਮੰਗ ਪੱਤਰ ਆ ਜਿਹੜਾ ਸਾਡੇ ਨਾਲ ਸਰਕਾਰ ਨੇ ਵਾਅਦਾ ਕੀਤਾ ਸੀ ਉਹ ਅਸੀਂ ਅੱਜ ਡੀਸੀ ਸਾਹਿਬਾਨ ਨੂੰ ਦਿੱਤਾ। ਮੰਗਾਂ ਕੀ ਸੀ ਤੁਹਾਡੀਆਂ? ਜਿਹੜੀ ਮੁੱਖ ਮੰਗ ਸਾਡੀ ਸੀਗੀ ਉਹ ਸੀਗੀ ਜਿਹੜਾ ਮਾਣ ਭੱਤਾ ਸਾਡਾ ਉਹ ਦੁੱਗਣਾ ਕੀਤਾ ਜਾਵੇ, ਅਤੇ ਦੂਸਰੀ ਮੰਗ ਜਿਹੜੀ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਲੰਬੜਦਾਰੀ ਜਿਹੜੀ ਆ ਉਹ ਜੱਦੀ ਪੁਸ਼ਤੀ ਕੀਤੀ ਜਾਊਗੀ। ਇਹ ਜਿਹੜੀਆਂ ਦੋ ਜਿਹੜੀਆਂ ਮੰਗਾਂ ਆ ਸਾਡੀਆਂ, ਇਹ ਪੰਜਾਬ ਸਰਕਾਰ ਨੇ ਜਿਹੜੇ ਭਗਵੰਤ ਮਾਨ ਸਰਕਾਰ ਜਦੋਂ ਬਣੀ ਆ ਉਸ ਵੇਲੇ ਇਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਬਣਦੇ ਸਾਰ ਹੀ ਇਹ ਜਿਹੜੀਆਂ ਤੁਹਾਡੀਆਂ ਦੋਨੇ ਮੰਗਾਂ ਜਿਹੜੀਆਂ ਅਸੀਂ ਪੂਰੀਆਂ ਕਰਾਂਗੇ।